अंदर पाइया लगे हुए रूह पिंजने पे ये तक पुराना रूह है उस बाद नवा रूह तैयार करी दे दस रहे कि सर पिंजने इतना रूह है सको जी मशीन लगी हुई है बाहर लगे हुए रूह पिंजने पे मशीन चालू है जरा पुराना रूह है इसी नवा करी दे इतों जो चप्पल किनसा असें जो नीला कलर पसंद आया पर नीले कलर छिको नहीं को ब्लैक न ब्लैक जो कि बिस्मिल्लाहिर्रहमानिर्रहीम अस्सलाम अलैकुम मैं हूं दलत हुसैन इस टाइम जैसा मौजूद हाँ बल्दिया की गली बच्चे रजाइया की गली भी आने इतना जरा ना रजाइया वगैरह भी तैयार करने तुम हमारे पिछले तकने सो उस तो बाद जरा ना बावे रान दा मशीन लाई हुई है वो भी जरा ना तुसें कि दसा हमें करना आई नहीं वीडियो तुसें बहुत पसंद है अगर वीडियो पसंद अच्छा लाइक करना कमेंट करना हमारे चैनल की सब्सक्राइब कर सो बैल आइकन जरूर दबा दो ताकि हमारी वीडियो तुसें कि लभनी रहा है तुसें कि जरा ना पूरा प्रोसेस दसा इतना रूम किस तैयार करने बुरी जरा ना किस भरने उस तो बाद जरा ना तैयार करने रजाइया पिछले तुम तो क्या जैसे रजाइया तैयार की इन्होंने रेट इन्होंने क्या इन्होंने रेट है और जरा रूह तैयार करी और दस इस टाइम अस मौजूद हाँ इतना रजाइया की गली बच्चे तुम तक सो जो रजाइया वगैरह पजाइया तकने सो अंदर पाइया लगे हुए रूह पिंजने पे ये तकने सो पुराना रूह है उस बाद नवा रूह तैयार करी दे दस रहे कि सर पिंजने इतना रूह है सको जी मशीन लगी हुई है बाहर लगे हुए रूह पिंजने पे चालू है जरा पुराना रूह है इसी नवा करी दे उस तो बाद नवा रूह जरा तैयार है बहुत नचना जाना इतना नकने सो पुराना रूह जरा तैयार ही गया क्या इस दुकाना ना ना आया ये बजार की गली है अच्छा हां दुकान
ਤੁਹਾਨੂੰ ਨਾਂ ਕਿਹਾ? ਮਹਿਫੂਜ਼ ਰਾਂਝਾ। ਅੱਛਾ ਜੀ, ਮਹਿਫੂਜ਼ ਰਾਂਝਾ ਜੀ। ਤੇ ਇੱਥੇ ਨਵੀਆਂ ਪੁਰਾਣੀਆਂ ਸਾਰੀਆਂ ਰਜ਼ਾਈਆਂ ਤਿਆਰ ਕਰਨੇ ਹੋ? ਅੱਛਾ, ਨਵੀਂ ਰਜ਼ਾਈ ਦਾ ਕਿਆ ਰੇਟ ਹੈ? 2500 ਰੁਪਇਆ ਵੀ ਹੈ, 2000 ਹੈ, 1800 ਹੋਇਆ। ਆਹ ਤਾਂ ਕੋਈ ਬਾਵਾ ਲੱਗੇ, ਮਸ਼ੀਨ ਆਏ ਵੀ ਨੇ, ਰੂੰ ਤਿਆਰ ਕਰੀ ਦੇ। ਇਹ ਜਾਣਾ ਕੱਪੜਿਆਂ ਲਾ ਦੂੰਗਾ। ਤਰਾਜ਼ੂ ਹੈ ਜਿਹੜਾ, ਨਾ ਰਜ਼ਾਈਆਂ ਨਾਲ ਰੂੰ ਤੋਲਣੇ ਛੋਲਣ, ਉਸ ਤੋਂ ਬਾਅਦ ਇਹ ਦੇਣੇ ਨੂੰ ਇੱਧਰ ਜਾਈਆਂ ਨਾਲ ਰਜ਼ਾਈਆਂ ਵਗੈਰਾ ਪਈਆਂ ਹੁਣ ਤੱਕਣੇ। ਸੋ ਨਾਲ ਹੀ ਸਾਡੇ 4-5 ਹੋਰ ਦੁਕਾਨਾਂ ਨੂੰ ਟੱਕੀਆਂ ਵਗੈਰਾ ਰਜ਼ਾਈਆਂ ਤਲੀਆਂ ਜਿਹੜਾ ਨੇ, ਤੂੰ ਸਾਰਾ ਕੁਝ ਤੁਸੀਂ ਕਿਲਬ ਸੀ, ਤੁਸਾਂ ਆਪਣੇ ਪੁਰਾਣੇ ਕੱਪੜੇ ਇੱਥੇ ਕਿਨੀਆਂ ਨੂੰ ਇਹਨਾਂ ਕੋਲ, ਅਤੇ ਉਹ ਜਿਹੜਾ ਨਾ ਤੁਸੀਂ ਕਿ ਰੂੰ ਬਣਾਈ ਤਾਂ ਦਿਸ ਮੂੜੀ ਤਲੀਆਂ ਤੁਸਾਂ ਜਿਹੜਾ ਨਾ ਭਰਾਈ ਵੀ ਸਕਣੇ ਇੱਥੋਂ। ਆਹ ਤਾਂ ਕੀ ਰਸੋ ਜੀ, ਰਜ਼ਾਈਆਂ ਨਹੀਂ ਗਲੀ ਆ, ਇਸ ਤੋਂ ਬਾਅਦ ਇੱਧਰ ਵੀ ਰਜ਼ਾਈਆਂ ਵਗੈਰਾ ਸਾਰਾ ਤਿਆਰ ਕਰਨੇ, ਉਸ ਤੋਂ ਬਾਅਦ ਜਿਹੜਾ ਨਾ ਚੌਕ ਲੱਗਣਾ ਆ, ਮੈਨ ਚੌਕ, ਇਸੇ ਮਕਬੂਲ ਪਾਰ ਸ਼ਹੀਦ ਚੌਕ ਵੀ ਆਖਦੇ ਨੇ। ਹੁਣ ਜੁਲੇ ਆ ਗਿਆ ਜਿਹੜਾ ਨਾ ਤੁਸਾਂ ਅੱਜ ਕੱਲ੍ਹ। ਇਸ ਟਾਈਮ ਅਸਾਂ ਮੌਜੂਦ ਅੰਬ ਤੱਕੀ ਰਿਹਾ ਸੋ ਪਾਸ ਆਉਣੇ ਅੰਬਣੀ ਪੁਲੀ ਹੈ, ਉਸ ਤੋਂ ਬਾਅਦ ਇੱਧਰ ਸਰਵਿਸ ਸਟੇਸ਼ਨ ਹੈ, ਗੱਡੀਆਂ ਧੋਈ ਰਹੇ, ਟ੍ਰੇਨ ਤੱਕ ਧੋਈ ਰਹੇ, ਅਤੇ ਨਾਲ ਇੱਧਰ ਜਿਹੜੀਆਂ ਨਾ ਸਬਜ਼ੀਆਂ ਦੀ ਦੁਕਾਨ ਹੈ, ਕੇਲਾ ਆ, ਅੰਗੂਰ ਹੈ, ਨਾਰ ਵੀ ਆਈ ਕੇ, ਉਸ ਤੋਂ ਬਾਅਦ ਮਲੋਕ ਵਗੈਰਾ, ਸੇਬ ਸਾਰਾ ਕੁਝ ਇੱਥੋਂ ਲੱਭੀ, ਧਨੀਆ ਵਗੈਰਾ ਵੀ ਸਾਰਾ ਕੁਝ ਲੱਭੀ, ਟਮਾਟਰ। ਉਸ ਤੋਂ ਬਾਅਦ ਇਹ ਮੀਰਪੁਰ ਰੋਡ ਜਾਣੀ ਹੈ, ਪਾਰ ਸਾਹਮਣੇ ਸਵੇਰੇ ਟਾਈਮ ਹੈ, ਹੋਟਲ ਵੀ ਖੁੱਲ੍ਹੇ ਆ, ਅਤੇ ਇਹ ਜਿਹੜੀਆਂ ਅੰਦਰ ਆਟੇ ਨਹੀਂ ਚੱਕ, ਨਾਲ ਹੀ ਮਾਰਕੀਟ ਹੈ। ਉਸ ਤੋਂ ਬਾਅਦ ਇਹ ਪਾਰ ਸਾਹਮਣੇ ਬਲਾਕਾਂ ਦੀ ਦੁਕਾਨ ਹੈ, ਅਸੀਂ ਬਲਾਕ ਇੱਥੇ ਜਿਹੜੇ ਨਾ ਵਗੈਰਾ ਬਣੇ ਤੱਕੀ ਰਹੇ ਸੋ। ਹਾਂਜੀ ਨਾਜ਼ਰੀਨ, ਇੱਥੋਂ ਅਸਾਂ ਜਿਹੜੀਆਂ ਨਾ ਚੱਪਲਾਂ ਕਿਨਸਾਂ, ਅਸੀਂ ਜਿਹੜਾ ਨਾ ਨੀਲਾ ਕਲਰ ਪਸੰਦ ਆਇਆ ਸੀ, ਪਰ ਨੀਲੇ ਕਲਰ ਸ਼ਿਕੋ ਨਹੀਂ ਇਹਨਾਂ ਕੋਲ, ਇਹਨਾਂ ਕੋਲ ਬਲੈਕ ਨਾ, ਅਤੇ ਬਲੈਕ ਜਿਹੜੀਆਂ ਨਾ ਕਿੰਨੀਆਂ ਇਹ ਚੱਪਲਾਂ ਜੀ, ਅਸਾਂ ਕਿੰਨੀਆਂ ਨਾ ਭਰਾ ਵਾਸਤੇ ਚੱਪਲ ਚਾਹੀ ਨਹੀਂ ਸੀ, ਉਹ ਕਿੰਨੀ ਅਸਾਂ ਇੱਥੇ ਦੁਕਾਨਾਂ ਪਰ ਆਏ ਸਾਂ, ਅੱਜ ਅਸਾਂ ਚੱਪਲਾਂ ਕਿੰਨੀਆਂ ਨਾ, ਅਤੇ ਅਸੀਂ ਪਸੰਦ ਆਈ ਆ 800 ਰੁਪਏ ਨਹੀਂ ਚਾਹੀਦੀ ਨਾ ਚੱਪਲ ਅਸੀਂ ਪਈ ਹੈ। ਹੋਰ ਵੀ ਇਹਨਾਂ ਕੋਲ ਵਰਾਇਟੀ ਆਇਆ ਤੁਸੀਂ ਤੱਕਣੇ ਦੱਸੋ। ਨਾਜ਼ਰੀਨ ਰੱਖੀ ਦਾ ਚਾਰ ਚਾਰ ਲੱਗਿਆ ਕੰਮ, ਕੋਈ ਪਾਈ ਦੇ ਘੁਆਰੀ ਗਰਮ ਕਰੀਏ, ਉੱਥੇ ਜਾਣਾ ਹੈਗਾ ਤੇਜ਼ ਕਰਨਾ ਘੁਆਰੀ ਦੀ, ਮੈਂ ਇੰਨਾ ਤੇਜ਼ ਕੀਤੀਆਂ ਤੁਸਾਂ ਤੱਕਣੇ ਦੱਸੋ ਸਾਰੀਆਂ ਜਿਹੜੀਆਂ ਇਹਨਾਂ ਤੇਜ਼ ਕੀਤੀਆਂ।
ਤੁਹਾਨੂੰ ਬਹੁਤ ਪਸੰਦ ਆਈ ਸੀ ਅਗਰ ਵੀਡੀਓ ਪਸੰਦ ਆ ਚਾਹ ਲਾਈਕ ਕਰਨਾ ਕਮੈਂਟ ਕਰਨਾ ਮਾਰੇ ਚੈਨਲ ਕੇ ਸਬਸਕ੍ਰਾਈਬ ਕਰ ਦੋ ਬੈਲ ਆਇਕਨ ਜ਼ਰੂਰ ਦਬਾਓ ਤਾਂ ਕਿ ਮਾਰੀ ਵੀਡੀਓ ਤੁਸੀਂ ਕੀ ਲੱਭਣੀ ਹੈ ਔਰ ਇਸਾ ਨਾਮ ਮੇਕੇ ਦੇਸੋ ਇਜਾਜ਼ਤ ਨੈਕਸਟ ਵੀਡੀਓ ਫਿਰ ਮਿਲਤਾ ਹੂੰ ਅੱਲਾਹ ਹਾਫਿਜ਼।